ਹਿਲ ਸਟੇਸ਼ਨਾਂ ਵਗੈਰਾ ਤੇ ਵੀ ਇਹਦੀ ਡਿਮਾਂਡ ਹੈਗੀ ਅੱਗੇ ਆਪਾਂ ਅਮਰੀਕਾ ਵੀ ਦਿੱਤੀ ਹੈ ਇਹ 65 ਬੱਚੇ ਖੜੇ ਹੋ ਕੇ ਅਸੀਂ ਚਲਾਈ ਅੱਗੇ ਪਿਛਲੇ ਟਾਈਮ ਠੀਕ ਹੈ ਜਮਾ ਨਹੀਂ ਦਵਦੀ ਹੈਗੀ ਹਾਂ ਬੱਚਿਆਂ ਵਾਸਤੇ ਸਕੂਲ ਵਾਸਤੇ ਜਦੋਂ ਮਤਲਬ ਹਰੇਕ ਆਈਟਮ ਜਿਹੜੀ ਪਾਰਕਾਂ 'ਚ ਲੱਗਦੀ ਉਹ ਤਾਂ ਸਾਰੀਆਂ ਹੁੰਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਸਿੰਘ ਸਾਹਿਬ ਫੈਬਰੀਕੇਟਰ ਬਾਦਸ਼ਾਹਪੁਰ ਦੇ ਵਿੱਚ ਜਿੱਥੇ ਤੁਹਾਨੂੰ ਅੱਜ ਦਿਖਾਵਾਂਗੇ ਛੋਟੇ ਬੱਚਿਆਂ ਦੀ ਹਰ ਇੱਕ ਆਊਟਡੋਰ ਐਕਟੀਵਿਟੀ ਤੇ ਜਾਂ ਪਾਰਕਾਂ ਦੇ ਵਿੱਚ ਲੱਗਣ ਵਾਲੀ ਜਿੰਮ ਤੇ ਸਭ ਤੋਂ ਜਿਹੜੀ ਬਾਈ ਹੋਰਾਂ ਦੀ ਮਸ਼ਹੂਰ ਹੈ ਪੰਜਾਬ ਤੋਂ ਲੈ ਕੇ ਪੂਰਾ ਭਾਰਤ ਤੇ ਪੂਰੀ ਦੁਨੀਆ ਤੱਕ ਜਾਂਦੀ ਆ ਟੋਏ ਟ੍ਰੇਨ ਤੇ ਉਹਦੀ ਸਾਰੀ ਜਾਣਕਾਰੀ ਲਵਾਂਗੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਟ੍ਰੇਨ ਬਾਰੇ ਜਾਣਕਾਰੀ ਦੇ ਦਈਏ ਫਿਰ ਦੂਜੇ ਸਾਰੇ ਪ੍ਰੋਡਕਟ ਦੱਸਦੇ ਆ ਜੀ ਬਾਈ ਵੀਰ ਜੀ ਆਪਣੇ ਕੋਲ ਇਹ ਪੈਟਰੋਲ ਕਾਰ ਇੰਜਨ ਤੇ ਤਿਆਰ ਹੋਈ ਟੋਏ ਟ੍ਰੇਨ ਆ ਠੀਕ ਹੈ ਜੀ ਇਲੈਕਟ੍ਰੀਕਲ ਇਲੈਕਟ੍ਰੋਨਿਕ ਤੇ ਵੀ ਹੁਣ ਅਗਲੇ ਟਾਈਮ 'ਚ ਆਪਾਂ ਤਿਆਰ ਕਰਨੇ ਆ ਠੀਕ ਹੈ ਬਾਈ ਜੀ ਇਹ ਪਾਰਕਾਂ 'ਚ ਸਕੂਲਾਂ 'ਚ ਮਤਲਬ ਕਿਸੇ ਤਰ੍ਹਾਂ ਦੇ ਮਤਲਬ ਇੱਥੇ ਲਗਭਗ 40 ਤੋਂ 50 ਬੱਚੇ ਲੈ ਕੇ ਪਾਲੋ ਇੰਜੋਏ ਕਰਾਉਣ ਲਈ ਮਤਲਬ ਹੈਗੀ ਆ ਠੀਕ ਆ ਬਾਈ ਹਿਲ ਸਟੇਸ਼ਨਾਂ ਵਗੈਰਾ ਤੇ ਵੀ ਇਹਦੀ ਡਿਮਾਂਡ ਹੈਗੀ ਅੱਗੇ ਆਪਾਂ ਅਮਰੀਕਾ ਵੀ ਦਿੱਤੀ ਹੈ ਇਹ ਠੀਕ ਹੈ ਜੀ ਮਤਲਬ ਪੂਰੀ ਦੁਨੀਆ 'ਚ ਧੁੰਮਾ ਪਾਰਕ ਹੈ ਸਿੰਘ ਸਾਹਿਬ ਫੈਬਰੀਕੇਟਰ ਨੇ ਬਾਈ ਜੀ ਬਹੁਤ ਸ਼ਾਨਦਾਰ ਤੁਸੀਂ ਜਿਹੜੀ ਇਹ ਬਣਾਈ ਹੈ ਬਾਈ ਇਹਦਾ ਆਈਡੀਆ ਕਿੱਥੋਂ ਆਇਆ ਬਣਾਉਣ ਦਾ ਵੀ ਜੀ ਸਕੂਲਾਂ ਵਾਸਤੇ ਨਾ ਇੱਕ ਪਲੋ ਮੋਟਰਸਾਈਕਲ ਦੀ ਟ੍ਰੇਨ ਬਣਦੀ ਆ ਠੀਕ ਹੈ ਜੀ ਤੇ ਜਦੋਂ ਮੇਰੇ ਕੋਲ ਸਕੂਲਾਂ ਦੇ ਝੂਲੇ ਜਾਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਮੇਰੇ ਕੋਲ ਲੋਕ ਟ੍ਰੇਨ ਮੰਗਣ ਲੱਗ ਗਏ ਵੀ ਸਾਨੂੰ ਟ੍ਰੇਨ ਚਾਹੀਦੀ ਹੈ ਟਰੈਕ ਵਾਲੀ ਠੀਕ ਹੈ ਜੀ ਤੇ ਜੋ ਸਾਨੂੰ ਬਣਾਉਣ ਲੱਗਿਆ ਵੱਲੋਂ ਸਾਨੂੰ ਆਈਡੀਆ ਲੱਗਿਆ ਵੀ ਜੇ ਕਿਉਂ ਨਾ ਆਪਾਂ ਟਰੈਕਲੈਸ ਬਣਾ ਦਈਏ ਵੀ ਅਗਲੇ ਦੀ ਜਗ੍ਹਾ ਵੀ ਬਲੌਕ ਨਾ ਹੋਵੇ ਸਕੂਲ 'ਚ ਠੀਕ ਹੈ ਥੋੜ੍ਹਾ ਬਹੁਤਾ ਲੰਮਾ ਵੀ ਚਲਾਇਆ ਜਾ ਸਕੇ ਪਾਰਕਾਂ ਵਾਸਤੇ ਠੀਕ ਹੈ ਕਿਤੇ ਠੀਕ ਹੈ ਜੀ ਤੇ ਬਜਟ ਵਾਈਜ ਵੀ ਉਹ ਜ਼ਿਆਦਾ ਮਹਿੰਗੀਆਂ ਬਣਦੀਆਂ ਸੀ ਇਹ ਬਜਟ 'ਚ ਵੀ ਰਹਿੰਦੀ ਅੱਛਾ ਬਜਟ 'ਚ ਵੀ ਉਹ ਤੋਂ ਘੱਟ ਪੈਂਦੀ ਹੈ ਜੀ ਮਤਲਬ ਜੇ ਇੰਨੇ ਬੱਚੇ ਬਿਠਾ ਕੇ ਉਹ ਚਲਾਉਣੀਆਂ ਤਾਂ ਉਹਦੇ ਨਾਲ ਡੇਢੇ ਦੁੱਗਣੇ ਬਜਟ 'ਚ ਜਾਂਦੇ ਠੀਕ ਹੈ ਜੀ ਟੋਟਲ 65 ਬੱਚੇ ਬਹਿ ਜਾਂਦੇ ਬਈ ਟੋਟਲ ਮਤਲਬ ਜੇ ਖੜੇ ਖੁੜੇ ਕਰਕੇ 65 ਬੱਚੇ ਖੜੇ ਹੋ ਕੇ ਅਸੀਂ ਚਲਾਈ ਆ ਅਗਲੇ ਪਿਛਲੇ ਟਾਈਮ ਠੀਕ ਹੈ ਜਮਾ ਨਹੀਂ ਦੱਬਦੀ ਹੈਗੀ ਚੱਕਰ ਨਹੀਂ ਮੰਨੋ ਇਹਨੂੰ ਪਹਿਲੇ ਦੂਜੇ ਗੇਅਰ 'ਚ ਜਿੱਦਾਂ ਮਰਜ਼ੀ ਇੰਜੋਏ ਕਰਾਓ ਬੱਚਿਆਂ ਨੂੰ ਠੀਕ ਹੈ ਜੀ ਤੇ ਲਓ ਵੀ ਦੋਸਤੋ ਤੁਸੀਂ ਵੀ ਦੱਸਿਓ ਵੀ ਬਾਈ ਹੋਰਾਂ ਦੀ ਬਣਾਈ ਟੋਏ ਟ੍ਰੇਨ ਕਿਵੇਂ ਲੱਗੀ ਤੇ ਮੈਨੂੰ ਤਾਂ ਬਹੁਤ ਸ਼ਾਨਦਾਰ ਲੱਗੀ ਫੀਲ ਵੀ ਬਾਈ ਨਾ ਵੱਖਰਾ ਹੀ ਆਉਂਦਾ ਜਿਵੇਂ ਚੰਗੀ ਵੱਡੀ ਗੱਡੀ 'ਚ ਬੈਠੇ ਹੁੰਦੇ ਆ ਹੋਰ ਬਾਈ ਕਿਹੜੇ ਕਿਹੜੇ ਪ੍ਰੋਡਕਟ ਆ ਫਿਰ ਆਪਾਂ ਉਹਨਾਂ ਦੀ ਵੀ ਗੱਲਬਾਤ ਕਰਦੇ ਹਾਂ ਅਤੇ ਇਹਦੀ ਬਾਈ ਡਿਲੀਵਰੀ ਕਿੰਨੇ ਕੁ ਟਾਈਮ 'ਚ ਹੋ ਜਾਂਦੀ ਵੀ ਜੀ ਮਤਲਬ ਸਮੇਂ ਦੀ ਗੱਲ ਆ ਜਦੋਂ ਜ਼ਿਆਦਾ ਸੀਜ਼ਨ ਹੁੰਦਾ ਸਕੂਲਾਂ ਦਾ ਉਦੋਂ ਤਾਂ ਮਤਲਬ ਅਸੀਂ ਇੱਕ ਮਹੀਨੇ ਡੇਢ ਮਹੀਨੇ ਦਾ ਟਾਈਮ ਲੈਂਦੇ ਹਾਂ ਔਨ ਆਰਡਰ ਸਾਡੇ ਕੋਲ ਰੈਡੀ ਵੀ ਅੱਜ ਕੱਲ੍ਹ ਦੇ ਨਾਲ ਮਤਲਬ ਰੈਡੀ ਵੀ ਇੱਕ ਦੋ ਪੀਸ ਅਸੀਂ ਨਾਲ ਦੀ ਨਾਲ ਵਰਕਿੰਗ ਰੱਖਦੇ ਹਾਂ ਠੀਕ ਆ ਮਤਲਬ ਅੱਜ ਦੇ ਟਾਈਮ 'ਚ ਇਹਦੀ 20 ਦਿਨ 25 ਦਿਨ ਦੀ ਵੇਟਿੰਗ ਹੈਗੀ ਆ ਠੀਕ ਹੈ ਅਤੇ ਵਿੱਚ ਵਿੱਚ ਐਵੇਂ ਦਾ ਟਾਈਮ ਵੀ ਹੁੰਦਾ 2 ਮਹੀਨੇ ਦੀ ਵੇਟਿੰਗ ਵੀ ਚੱਲਦੀ ਹੈ ਠੀਕ ਹੈ ਜੀ ਅਤੇ ਆ ਜਾਓ ਬਾਈ ਜੀ ਫਿਰ ਹੁਣ ਇੱਕ ਆਪਾਂ ਜੇ ਗੱਲ ਕਰੀਏ ਆਊਟਡੋਰ ਜਿੰਮ ਆਊਟਡੋਰ ਜਿੰਮ ਆ ਗਈ ਜਿਵੇਂ ਪੰਚਾਇਤਾਂ ਅੱਜ ਕੱਲ੍ਹ ਲਵਾ ਰਹੀਆਂ ਨੇ ਇਹ ਆਊਟਡੋਰ ਜਿੰਮ ਆ ਗਈ ਜਿਵੇਂ ਅੱਜ ਕੱਲ੍ਹ ਪੰਚਾਇਤਾਂ 'ਚ ਰੈਸਟੋਰੈਂਟਾਂ ਦੇ ਬਾਹਰ ਵੀ ਜਿਵੇਂ ਮਤਲਬ ਅੱਜ ਕੱਲ੍ਹ ਟ੍ਰੈਂਡ ਹੋ ਗਿਆ ਇਹਦਾ ਜੀ ਅਤੇ ਸਾਰੇ ਕਿਤੇ ਮਤਲਬ ਪਾਰਕਾਂ 'ਚ ਸਾਰਿਆਂ 'ਚ ਲਗਭਗ ਆਪਾਂ ਦੇਖ ਰਹੇ ਹਾਂ ਸਕੂਲਾਂ 'ਚ ਸਰਕਾਰੀ ਸਕੂਲਾਂ 'ਚ ਵੀ ਅਸੀਂ ਪਿਛਲੇ ਟਾਈਮ 'ਚ ਲਾਈਆਂ ਨੇ ਠੀਕ ਆ ਬਾਈ ਜੀ ਅਤੇ ਬਾਈ ਕਿਵੇਂ ਕੀ ਰਹਿੰਦੀ ਇਹਦੀ ਕੁਆਲਿਟੀ ਬਾਈ ਜੀ ਬਹੁਤ ਹੈਵੀ ਮਟੀਰੀਅਲ 'ਚ ਤਿਆਰ ਹੁੰਦੀਆਂ ਨੇ ਠੀਕ ਹੈ ਜੀ ਜਿੱਦਾਂ ਮਰਜ਼ੀ ਇਹਨੂੰ ਯੂਜ਼ ਕੀਤਾ ਜਾ ਸਕਦਾ ਮਤਲਬ ਇਹਦੇ ਨਾਲ ਬੱਚਿਆਂ ਦੀ ਫਿਟਨੈਸ 'ਤੇ ਵੀ ਬੜਾ ਧਿਆਨ ਦਿੱਤਾ ਜਾ ਸਕਦਾ ਬਿਲਕੁਲ ਅਤੇ ਸਕੂਲਾਂ 'ਚ ਬਹੁਤ ਡਿਮਾਂਡ ਹੋ ਗਈ ਅੱਜ ਕੱਲ੍ਹ ਮਤਲਬ ਸਰਕਾਰੀ ਸਕੂਲਾਂ 'ਚ ਵੀ ਲੱਗ ਰਹੀਆਂ ਨੇ ਠੀਕ ਹੈ ਜੀ ਅਤੇ ਹਰੇਕ ਤਰ੍ਹਾਂ ਦੇ ਮਤਲਬ ਹਰੇਕ ਪੰਚਾਇਤਾਂ ਨੂੰ ਵੀ ਪਿਛਲੇ ਟਾਈਮ 'ਚ ਲੱਗੀਆਂ ਨੇ ਕੁਝ ਅੱਗੇ ਲੱਗ ਰਹੀਆਂ ਨੇ ਠੀਕ ਹੈ ਜੀ ਹਰੇਕ ਚੀਜ਼ ਹਰੇਕ ਮਾਡਲ ਇਹ 'ਚ ਆਪਣੇ ਕੋਲ ਅਵੇਲੇਬਲ ਆ ਠੀਕ ਹੈ ਡੈਮੋ ਵੀ ਇਸ ਟਾਈਮ ਹਾਜ਼ਰ ਪਈਆਂ ਨੇ ਤੇ ਵੈਸੇ ਔਨ ਆਰਡਰ ਅਸੀਂ ਮਤਲਬ ਜਿੱਦਾਂ ਦਾ ਮਰਜ਼ੀ ਮਾਡਲ ਤਿਆਰ ਕਰਾ ਜੋ ਵੀ ਇਹਨਾਂ 'ਚ ਮਾਡਲ ਇਹ ਹੈਗੇ ਆ ਜਾਂ ਕੋਈ ਨਵਾਂ ਕੋਈ ਹੁੰਦਾ ਤਾਂ ਫੋਟੋ ਭੇਜ ਦਿਓ ਬਣ ਜੂਗੀ ਚੀਜ਼ ਇੱਕ ਸਪੈਸ਼ਲ ਮਾਡਲ ਆ ਸਾਡਾ ਸਕੂਲਾਂ ਵਾਸਤੇ ਮਲਟੀ ਆ ਠੀਕ ਹੈ ਜੀ ਟੋਟਲ 12 ਬੱਚੇ ਇੱਕੋ ਪਲੇ ਸਟੇਸ਼ਨ ਤੇ ਹੀ ਕੰਮ ਕਰ ਸਕਦੇ ਵਰਕਆਊਟ ਕਰ ਲੈਂਦੇ ਨੇ ਠੀਕ ਹੈ ਬਾਈ ਵੀ ਬਜਟ 'ਚ ਵੀ ਆ ਜਿਵੇਂ ਮਤਲਬ ਸਕੂਲਾਂ ਵਾਸਤੇ ਤੇ ਕੁਆਲਿਟੀ ਵਾਸਤੇ ਵਧੀਆ ਵੀ ਆ ਠੀਕ ਹੈ ਬਾਈ ਜੀ ਹੁਣ ਜਿਮ ਦੀ ਤਾਂ ਹੋਈ ਗੱਲ ਜੇ ਗੱਲ ਕਰੀ ਹੁਣ ਬੱਚਿਆਂ ਦੇ ਜਿਹੜੇ ਆਊਟਡੋਰ ਐਕਟੀਵਿਟੀ ਨੇ ਹਾਂ ਬੱਚਿਆਂ ਵਾਸਤੇ ਆਪਣੇ ਕੋਲ ਹਰੇਕ ਤਰ੍ਹਾਂ ਦਾ ਜਿਵੇਂ ਸੀਸਾ ਵਗੈਰਾ ਘੁੰਮਣ ਵਾਲੇ ਝੂਲੇ ਹੁੰਦੇ ਆ ਮੈਰੀ ਗੋਲਡ ਕਹਿ ਲੈਂਦੇ ਆਪਾਂ ਉਹਨਾਂ ਨੂੰ ਹਰੇਕ ਤਰ੍ਹਾਂ ਦੇ ਆਪਣੇ ਕੋਲ ਹੈਵੀ ਤੋਂ ਹੈਵੀ ਮਟੀਰੀਅਲ 'ਚ ਹਾਜ਼ਰ ਹੁੰਦੇ ਆ ਤੇ ਜਿਵੇਂ ਪਲੇ ਸਟੇਸ਼ਨ ਵਗੈਰਾ ਆਪਣੇ ਕੋਲ ਹੁੰਦੇ ਆ ਤੇ ਸਲਾਈਡਰ ਵਗੈਰਾ ਵੀ ਉੱਧਰ ਆਪਾਂ ਉਹ ਵੀ ਦਿਖਾਵਾਂਗੇ ਤੈਨੂੰ ਜੀ ਜੀ ਬਾਈ ਇਹ ਸਾਰੇ ਆ ਗਏ ਜਿਵੇਂ ਦੋ ਬੱਚੇ ਆਪ 'ਚ ਖੇਡ ਰਹੇ ਆ ਵਧੀਆ ਹਨ ਬੱਚਿਆਂ ਵਾਲਾ ਮਤਲਬ ਕਲਾਸਰੂਮ ਵਗੈਰਾ ਲਈ ਇਨਡੋਰ ਹੋ ਗਿਆ ਠੀਕ ਹੈ ਜੀ ਇਨਡੋਰ ਆਊਟਡੋਰ ਸਾਰਾ ਕੁਝ ਹਾਜ਼ਰ ਹੁੰਦਾ ਆਪਣੇ ਕੋਲ ਮਤਲਬ ਇਕੱਲੇ ਸਕੂਲਾਂ ਦਾ ਨਹੀਂ ਚਾਹੇ ਘਰੇ ਵੀ ਕਿਸੇ ਨੇ ਲੈਣੀ ਹੈ ਕੋਈ ਕੱਦੀ ਆਈਟਮ ਹਾਂ ਮਤਲਬ ਜਿਵੇਂ ਬੱਚੇ ਲਈ ਮਤਲਬ ਰੈਸਟੋਰੈਂਟ ਵਗੈਰਾ 'ਚ ਵੀ ਇਹਨਾਂ ਚੀਜ਼ਾਂ ਨੂੰ ਮਤਲਬ ਜਾਂ ਮਤਲਬ ਡਿਵੈਲਪ ਕੀਤਾ ਜਾ ਰਿਹਾ ਮਤਲਬ ਬੱਚਿਆਂ ਦੇ ਇੰਜੋਏ ਲਈ ਢਾਬਿਆਂ ਵਗੈਰਾ ਬਿਲਕੁਲ ਬਿਲਕੁਲ ਕੁਛ ਆਪਣੇ ਕੋਲ ਕਿਉਂਕਿ ਜਿੱਥੇ ਬੱਚੇ ਕਿਤੇ ਪਰੇਸ਼ਾਨ ਕਰਦੇ ਉੱਥੇ ਗੇਮ ਖੇਡਣ ਨੂੰ ਬੱਚਿਆਂ ਨੂੰ ਉੱਥੇ ਬੱਚੇ ਵੀ ਅਡਜਸਟ ਹੋ ਜਾਂਦੇ ਨੇ ਤੇ ਇੱਕ ਚੀਜ਼ਾਂ ਵਜਾ ਸਾਰੀਆਂ ਜਿਵੇਂ ਆ ਵੀ ਬਹੁਤ ਸੋਹਣੀ ਬਣਾਈ ਹੋਈ ਹੈ ਹਨਾ ਫਿਰ ਹੋਰ ਆ ਸਾਡੇ ਕੋਲ ਜਿਹੜਾ ਮਟੀਰੀਅਲ ਆ ਮਤਲਬ ਅਸੀਂ ਕੰਬਾਈਨ ਲਾਈਨ ਨਾਲ ਜੁੜੇ ਹੋਏ ਸੀ ਪਹਿਲਾਂ ਠੀਕ ਆ ਸਾਰੇ ਹੈਵੀ ਮਟੀਰੀਅਲ ਜੀ ਤਿਆਰ ਹੋਣਗੀਆਂ ਜਿਵੇਂ ਮਤਲਬ
ਸਪਰਿੰਗ ਵਗੈਰਾ ਵੀ ਪਤਾ ਲੱਗਦਾ ਬਈ ਪੂਰੇ ਮਜ਼ਬੂਤ ਨੇ ਹਨਾ ਪੂਰੇ ਮੱਲੋ ਬੱਚਿਆਂ ਵਾਸਤੇ ਇਹ ਹੋ ਗਏ ਜਿਵੇਂ ਮੁੜ ਕੇ ਗਮਲਿਆਂ ਵਾਲੇ ਸਟੈਂਡ ਵਗੈਰਾ ਵੀ ਆਪਣੇ ਕੋਲ ਕੁਝ ਮਾਡਲ ਅਵੇਲੇਬਲ ਹੁੰਦੇ ਠੀਕ ਹੈ ਜੀ ਇਹ ਡੈਕੋਰੇਸ਼ਨ ਜਿਵੇਂ ਆਪਾਂ ਗਮਲੇ ਵਗੈਰਾ ਰੱਖਦੇ ਹਾਂ ਉਹ ਵੀ ਚੀਜ਼ ਮਿਲ ਜਾਂਦੀ ਉਹ ਵੀ ਚੀਜ਼ਾਂ ਮਤਲਬ ਔਨ ਆਰਡਰ ਅਸੀਂ ਰੈਡੀ ਕਰ ਦਿੰਦੇ ਹਾਂ ਠੀਕ ਹੈ ਜੀ ਮਤਲਬ ਇਹਦੇ ਵਿੱਚ ਕੁਝ ਵੀ ਵੱਖਰਾ ਕਰਾਉਣਾ ਉਹ ਚੀਜ਼ ਮਿਲ ਜਾਂਦੀ ਆ ਤੇ ਬੱਚਿਆਂ ਦੇ ਤਾਂ ਮੈਨੂੰ ਲੱਗਦਾ ਲਗਭਗ ਵੀ ਸਾਰੀਆਂ ਚੀਜ਼ਾਂ ਹੈਗੀਆਂ ਹਾਂ ਬੱਚਿਆਂ ਵਾਸਤੇ ਸਕੂਲ ਵਾਸਤੇ ਜਦੋਂ ਮਤਲਬ ਹਰੇਕ ਆਈਟਮ ਜਿਹੜੀ ਪਾਰਕਾਂ 'ਚ ਲੱਗਦੀ ਉਹ ਤਾਂ ਸਾਰੀਆਂ ਹੁੰਦੀਆਂ ਨੇ ਠੀਕ ਹੈ ਪਲੇ ਸਟੇਸ਼ਨ ਵਗੈਰਾ ਉਹਨਾਂ ਦੀਆਂ ਹੱਟ ਵਗੈਰਾ ਨੇ ਆਪਣੇ ਕੋਲ ਪਈਆਂ ਠੀਕ ਹੈ ਬਾਈ ਜਿੰਨੇ ਪਲੇ ਸਟੇਸ਼ਨ ਵਾਲੇ ਉੱਪਰ ਟਾਵਰ ਲੱਗਦੇ ਨੇ ਉੱਪਰ ਟਾਵਰ ਲੱਗਦੇ ਆ ਹਰੇਕ ਮਾਡਲ ਆ ਕੁਝ ਮਾਡਲ ਇਹ ਅਵੇਲੇਬਲ ਨੇ ਕੁਝ ਹਲੇ ਔਨ ਆਰਡਰ ਤਿਆਰ ਹੁੰਦੇ ਨੇ ਠੀਕ ਹੈ ਬਾਈ